ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਦੱਸਿਆ ਜਾਂਦਾ ਹੈ ਕਿ ਇਹ ਸਾਰੀ ਜਾਣਕਾਰੀ ਪੋਸਟਰਾਂ ਦੇ ਆਧਾਰ 'ਤੇ ਦਿੱਤੀ ਗਈ ਆ ਅਤੇ ਇਹਨਾਂ ਵਿੱਚੋਂ ਕੋਈ ਵੀ ਟੂਰਨਾਮੈਂਟ ਕੈਂਸਲ ਵੀ ਹੋ ਸਕਦਾ, ਕਿਸੇ ਦੀ ਡੇਟ ਵੀ ਬਦਲੀ ਹੋ ਸਕਦੀ ਆ। ਇਸ ਲਈ ਆਪਣੀ ਨਿੱਜੀ ਤੌਰ 'ਤੇ ਜਾਂਚ ਪੜਤਾਲ ਜ਼ਰੂਰ ਕਰਨਾ। ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ, ਅੱਜ 4 ਫਰਵਰੀ 2024 ਦਿਨ ਐਤਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਤਾਂ ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ। ਪਿੰਡ ਹੋਵੇਗਾ ਪੱਤੋ ਹੀਰਾ ਸਿੰਘ ਵਾਲਾ, ਜ਼ਿਲ੍ਹਾ ਹੋਵੇਗਾ ਮੋਗਾ, ਅਤੇ ਇੱਥੇ ਅੱਜ ਕਬੱਡੀ 32 ਕਿਲੋ ਨਰੋਲ ਅਤੇ 42 ਕਿਲੋ ਨਰੋਲ ਅਤੇ 50 ਕਿਲੋ ਨਰੋਲ ਦੇ ਮੈਚ ਕਰਵਾਏ ਜਾਣਗੇ। ਕਬੱਡੀ 32 ਕਿਲੋ ਨਰੋਲ ਦਾ ਪਹਿਲਾ ਇਨਾਮ 4100 ਅਤੇ ਦੂਜਾ ਇਨਾਮ 3100 ਰੁਪਏ ਹੋਵੇਗਾ ਅਤੇ 42 ਕਿਲੋ ਨਰੋਲ ਦਾ ਪਹਿਲਾ ਇਨਾਮ 5100 ਅਤੇ ਦੂਜਾ ਇਨਾਮ 4100 ਹੋਵੇਗਾ ਅਤੇ 50 ਕਿਲੋ ਨਰੋਲ ਦਾ ਪਹਿਲਾ ਇਨਾਮ 7100 ਅਤੇ ਦੂਜਾ ਇਨਾਮ 6100 ਰੁਪਏ ਹੋਵੇਗਾ। ਇਸ ਤੋਂ ਅੱਗੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਮਰੀਲਕੋਟਲਾ ਦੇ ਵਿੱਚ। ਇੱਥੇ ਕਬੱਡੀ ਆਲ ਓਪਨ ਦੀਆਂ 8 ਕਲੱਬਾਂ ਦੇ ਮੈਚ ਹੋਣਗੇ। ਪਹਿਲਾ ਇਨਾਮ ਹੋਵੇਗਾ 1.5 ਲੱਖ ਰੁਪਏ ਅਤੇ ਦੂਜਾ ਇਨਾਮ ਹੋਵੇਗਾ 1 ਲੱਖ ਰੁਪਏ। ਅਤੇ ਇੱਥੇ ਬੈਸਟ ਰੇਡਰ ਅਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ। ਇਹਦਾ ਲਾਈਵ ਚੱਲੇਗਾ kabaddi365.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਮੈਚ ਹੋ ਸਕਦੇ ਆ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਦੇ ਵਿੱਚ। ਇੱਥੇ ਕਬੱਡੀ 65 ਕਿਲੋ ਦੇ ਮੈਚ ਹੋ ਸਕਦੇ ਆ। ਪਹਿਲਾ ਇਨਾਮ 11,000 ਆ ਅਤੇ ਦੂਜਾ ਇਨਾਮ 9100 ਆ। ਬੈਸਟ ਰੇਡਰ ਅਤੇ ਜਾਫੀ ਨੂੰ ਵਾਸ਼ਿੰਗ ਮਸ਼ੀਨ ਹੋਵੇਗੀ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਸਕਦੇ ਆ, ਇਹ ਮੈਚ ਹੋਣਗੇ ਪਿੰਡ ਜਾਗਪੁਰ। ਅਤੇ ਇੱਥੇ ਦੋਸਤੋ ਕਬੱਡੀ 65-62 ਕਿਲੋ ਦੋ ਖਿਡਾਰੀ ਬਾਹਰੋਂ ਖੇਡਣਗੇ। ਪਹਿਲਾ ਇਨਾਮ 11,000 ਅਤੇ ਦੂਜਾ ਇਨਾਮ 9,000 ਰੁਪਏ ਆ ਅਤੇ ਬੈਸਟ ਰੇਟ ਦਾ ਜਾਫੀ ਨੂੰ 32-ਇੰਚ LED ਹੋਵੇਗੀ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਸਕਦੇ ਆ, ਇਹ ਹੋਣਗੇ ਬਲਾਕ ਹਾਜੀਪੁਰ ਮਕੇਰੀਆ ਦੇ ਵਿੱਚ। ਪਿੰਡ ਹੋਵੇਗਾ ਰੈਲੀ। ਇੱਥੇ ਦੋਸਤੋ ਅੱਜ ਕਬੱਡੀ ਓਪਨ ਦੇ ਮੈਚ ਹੋਣਗੇ 1 ਖਿਡਾਰੀ ਬਾਹਰੋਂ। ਪਹਿਲਾ ਇਨਾਮ 55,000, ਦੂਜਾ ਇਨਾਮ 41,000। ਬੈਸਟ ਰੇਡਰ ਅਤੇ ਜਾਫੀ ਨੂੰ 11,000 ਲਾਈਵ ਚੱਲ ਸਕਦਾ ਕਬੱਡੀ ਜੈਕਸਨ ਦੇ ਜ਼ਰੀਏ। ਇਸ ਤੋਂ ਅੱਗੇ ਕਬੱਡੀ ਦੇ ਮੈਚ ਹੋ ਸਕਦੇ ਆ, ਪਿੰਡ ਹੋਵੇਗਾ ਮਾਗੇਵਾਲ, ਜ਼ਿਲ੍ਹਾ ਹੋਵੇਗਾ ਪਟਿਆਲਾ। ਇੱਥੇ ਕਬੱਡੀ 75 ਕਿਲੋ ਦੋ ਖਿਡਾਰੀ ਬਾਹਰੋਂ, ਕਬੱਡੀ 55 ਕਿਲੋ ਦੋ ਖਿਡਾਰੀ ਬਾਹਰੋਂ ਅਤੇ ਕਬੱਡੀ 47 ਕਿਲੋ 1 ਖਿਡਾਰੀ ਬਾਹਰੋਂ ਦੇ ਮੈਚ ਹੋ ਸਕਦੇ ਆ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਹੋ ਸਕਦੇ ਆ ਪਿੰਡ ਹਸਨਪੁਰ ਧੂਰੀ ਸੰਗਰੂਰ ਦੇ ਵਿੱਚ। ਇੱਥੇ ਕਬੱਡੀ 55 ਕਿਲੋ ਪਿੰਡਵਾਰ ਦੇ ਮੈਚ ਹੋ ਸਕਦੇ ਆ ਅੱਜ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾ ਸਕਦੇ ਆ ਪਿੰਡ ਸੇਖਮਾ ਗੁਰਦਾਸਪੁਰ ਦੇ ਵਿੱਚ। ਇੱਥੇ ਕਬੱਡੀ ਆਲ ਓਪਨ ਦੀਆਂ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਪਹਿਲੀ ਟੀਮ ਹੋਵੇਗੀ ਧੰਨ ਧੰਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬੁੱਢਾ ਥੇ, ਦੂਜੀ ਹੋਵੇਗੀ ਧੰਨ ਧੰਨ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਰਮਦਾਸ, ਤੀਜੀ ਹੋਵੇਗੀ ਧੰਨ ਧੰਨ ਬਾਬਾ ਪਾਲਾ ਜੀ ਸਪੋਰਟਸ ਕਲੱਬ ਲੋਹਗੜ੍ਹ, ਅਤੇ ਚੌਥੀ ਹੋਵੇਗੀ ਸੰਤ ਬਾਬਾ ਹਜ਼ਾਰਾ ਸਿੰਘ ਸਪੋਰਟਸ ਕਲੱਬ USA। ਅਤੇ ਇਸਦਾ ਲਾਈਵ ਤੁਸੀਂ ਦੇਖ ਸਕਦੇ ਹੋ Punjab 7 TV ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋ ਸਕਦੇ ਆ, ਇਹ ਹੋਣਗੇ ਪਿੰਡ ਚੱਕ ਸਹੀਦੋ ਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ। ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ, 1 ਖਿਡਾਰੀ ਬਾਹਰੋਂ ਖੇਡੇਗਾ ਅਤੇ ਪਹਿਲਾ ਇਨਾਮ 31,000, ਦੂਜਾ ਇਨਾਮ 21,000 ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਵਾਸ਼ਿੰਗ ਮਸ਼ੀਨ ਹੋਵੇਗੀ ਅਤੇ ਲਾਈਵ ਚੱਲੇਗਾ Kabaddi TV ਦੇ ਜ਼ਰੀਏ। ਇਸ ਤੋਂ ਅੱਗੇ ਕਬੱਡੀ ਦੇ ਮੈਚ ਹੋ ਸਕਦੇ ਆ ਦੋਦੜਾ ਮਾਨਸਾ ਦੇ ਵਿੱਚ। ਅਤੇ ਇੱਥੇ 55 ਕਿਲੋ ਦੇ ਮੈਚ ਹੋ ਸਕਦੇ ਆ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਪਿੰਡ ਬੈਰੋਵਾਲ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੋ ਸਕਦੇ ਆ। 4 ਫਰਵਰੀ ਨੂੰ ਸੱਦੀਆਂ ਹੋਈਆਂ 8 ਕਲੱਬਾਂ ਖੇਡਣਗੀਆਂ। ਪਹਿਲਾ ਇਨਾਮ 61,000, ਦੂਜਾ ਇਨਾਮ 51,000 ਅਤੇ ਬੈਸਟ ਨੂੰ 11,000।
ਇਸ ਤੋਂ ਅੱਗੇ ਦੋਸਤੋ ਕਬੱਡੀ ਦੇ ਮੈਚ ਹੋ ਸਕਦੇ ਆ ਪਿੰਡ ਡੈਰੀਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਅਤੇ ਇੱਥੇ ਪਹਿਲਾ ਇਨਾਮ 1,00,000 ਆ, ਦੂਜਾ ਇਨਾਮ 71,000 ਆ, ਬੈਸਟ ਨੂੰ ਮੋਟਰਸਾਈਕਲ ਆ। ਚਾਰ ਕਲੱਬਾਂ ਇੱਥੇ ਖੇਡਣਗੀਆਂ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਆ ਇਹ ਕਪੂਰਥਲਾ ਦੇ ਵਿੱਚ ਹੋਣਗੇ। ਇੱਥੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਕੱਪ ਹੋਵੇਗਾ। ਪਹਿਲਾ ਇਨਾਮ 2,50,000, ਦੂਜਾ ਇਨਾਮ 2,00,000, ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ, ਅਤੇ ਲਾਈਵ ਚੱਲੇਗਾ MNK ਦੇ ਚੈਨਲ ਦੇ ਜ਼ਰੀਏ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਵੱਖ ਵੱਖ ਜਗ੍ਹਾ 'ਤੇ ਕਬੱਡੀ ਦੇ ਮੈਚ, ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਕਬੱਡੀ ਦੇ ਮੈਚ ਟੂਰਨਾਮੈਂਟ ਕੱਪ ਕੈਂਸਲ ਵੀ ਹੋ ਸਕਦੇ ਆ ਅੱਜ ਮੌਸਮ ਖਰਾਬ ਕਰਕੇ, ਅਤੇ ਇਹਨਾਂ ਦੀਆਂ ਡੇਟਾਂ ਵੀ ਬਦਲੀਆਂ ਹੋ ਸਕਦੀਆਂ। ਇਸ ਲਈ ਆਪਦੀ ਨਿੱਜੀ ਤੌਰ 'ਤੇ ਜਾਂਚ ਪੜਤਾਲ ਜ਼ਰੂਰ ਕਰਨਾ।